देश विदेश विच फतेह टीवी देख रहे समूह दर्शकों का एक बार फिर निका स्वागत है। सो प्यारे दर्शकों, अज असी मुड़ तुहाडी सेवा विच हाजिर होए हाँ अपना प्रोग्राम लैके पंथक सरगर्मियां। पंथक सरगर्मियां दे इस प्रोग्राम का आगाज करांगे पवित्र ते पावन धरती श्री अमृतसर साहब तो, जिथे कि पिछले दिन श्रोमणी गुरद्वारा प्रबंधक कमेटी के वलों सिख कौम के महान शहीद बाबा गुरबख्श सिंह जी की लसानी शहादत नूं सिजदा ते सत्कार अर्पित करते हुए एक बहुत वड्डा शहीदी गुरमत समागम जिहड़ा है वह करवाया गया। शहीद बाबा गुरबख्श सिंह जी ने सचखंड श्री दरबार साहब की रक्षा करते हुए अबदाली दीआं फौजां नाल टक्कर लई अते अपने 30 साथियों समेत शहादत का जाप पी के सचखंड श्री दरबार साहब की रक्षा की। सो आओ देखिए किस ढंग दे नाल श्रोमणी गुरद्वारा प्रबंधक कमेटी दे वल्लों शहीद बाबा गुरबख्श सिंह जी दे शहीदी दिहाड़े दे समर्पित आयोजित किए गए गुरमत समागम नूं किस ढंग दे नाल मनाया। सो इस संबंधी जिथे श्रोमणी गुरद्वारा प्रबंधक कमेटी दे वल्लों श्री अखंड पाठ साहब दे भोग पाए गए उपरंत गुरद्वारा शहीद बाबा गुरबख्श सिंह विखे शहीदी समागम का आयोजन भी किया गया। सो आओ देखिए किस ढंग दे नाल श्रोमणी कमेटी दे ਵੱਲੋਂ ਇਹ ਗੁਰਮਤ ਸਮਾਗਮ ਆਯੋਜਿਤ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਸ਼ਹੀਦੀ ਦਿਹਾੜਾ ਉਹਨਾਂ ਦੇ ਗੁਰਦੁਆਰਾ ਸ਼ਹੀਦ ਗੰਜ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਪਰਸੋਂ ਰੋਜ਼ 'ਤੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ, ਜੋ ਹੁਣ ਭੋਗ ਪਾਏ ਗਏ ਹਨ। ਉਪਰੰਤ ਕੀਰਤਨ ਅਤੇ ਸਿੰਘ ਸਾਵਲ ਗਿਆਨੀ ਬਲਜੀਤ ਸਿੰਘ ਵੱਲੋਂ ਹੁਕਮਨਾਮਾ ਲੈ ਕੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਗਏ ਹਨ। ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੋ ਕਿ 11 ਕੁ ਸਾਲ ਦੀ ਉਮਰ ਦੇ ਵਿੱਚ ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਸਨ ਅਤੇ 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲੜ ਸਿੰਘ ਬਣ ਗਏ ਸਨ। ਜਦੋਂ ਅਹਿਮਦ ਸ਼ਾਹ ਅਬਦਾਲੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਸਤੇ ਫੌਜਾਂ ਚੜ੍ਹ ਕੇ ਆਈਆਂ ਤਾਂ ਉਹਨਾਂ ਦੀਆਂ ਫੌਜਾਂ 30,000 ਫੌਜਾਂ ਦਾ ਆਪਣੇ 30 ਕੁ ਸਿੰਘਾਂ ਨਾਲ ਮੁਕਾਬਲਾ ਕਰਦੇ ਹੋਏ ਸ਼ਹਾਦਤ ਪਾ ਗਏ ਸਨ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਹਨਾਂ ਨੂੰ ਲੱਖ ਲੱਖ ਵਾਰ ਨਮਸਕਾਰ ਕੀਤੀ ਜਾਂਦੀ ਆ। ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਅਸੀਂ ਹੁਣ ਨਾਲ ਹੀ ਗੱਲ ਕਰਾਂਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਪਾਕਿਸਤਾਨ ਦੇ ਵਿਸ਼ੇਸ਼ ਤੌਰ 'ਤੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਦੇ ਲਈ ਗਏ ਜਥੇ ਦੀ ਪਿਛਲੇ ਦਿਨੀ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 2500 ਦੇ ਕਰੀਬ ਸ਼ਰਧਾਲੂ ਸਿੱਖ ਸੰਗਤਾਂ ਦਾ ਇੱਕ ਜੱਥਾ ਪਾਕਿਸਤਾਨ ਵਿਖੇ ਸ਼੍ਰੀ ਨਨਕਾਣਾ ਸਾਹਿਬ ਦੀ ਧਰਤੀ ਨੂੰ ਸਜਦਾ ਕਰਨ ਲਈ ਭੇਜਿਆ ਗਿਆ। ਸੋ ਉੱਥੇ ਸਮੂਹ ਸ਼ਰਧਾਲੂ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਜਿੱਥੇ ਸ਼ਰਧਾ ਭਾਵਨਾ ਨਾਲ ਮਨਾਇਆ, ਉੱਥੇ ਵੱਖ ਵੱਖ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਵੀ ਕੀਤੇ। ਉਪਰੰਤ 10 ਦਿਨਾਂ ਦੇ ਇਸ ਟੂਰ ਤੋਂ ਬਾਅਦ ਸੰਗਤਾਂ ਨੇ ਮੁੜ ਆਪਣੇ ਵਤਨ ਵਾਪਸੀ ਕੀਤੀ। ਹੁਣ ਅਸੀਂ ਗੱਲ ਕਰਾਂਗੇ ਕਸ਼ਮੀਰ ਵਿੱਚ ਵੱਧਦੇ ਹੋਏ ਸਿੱਖਾਂ ਦੀ। ਕਸ਼ਮੀਰ ਵਿੱਚ ਵੱਸਦੇ ਹੋਏ ਸਿੱਖਾਂ ਨੂੰ ਰਿਜ਼ਰਵੇਸ਼ਨ ਦੇ ਘੇਰੇ ਵਿੱਚ ਲਿਆਉਣ ਲਈ ਲਗਾਤਾਰ ਮੰਗ ਜਿਹੜੀ ਬੜੀ ਤੇਜ਼ੀ ਨਾਲ ਉੱਠ ਰਹੀ ਹੈ। ਖਾਸ ਕਰਕੇ ਸਿੱਖਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਦੇ ਲਈ ਵਾਰ ਵਾਰ ਵੱਖ ਵੱਖ ਕਸ਼ਮੀਰੀ ਸਿੱਖ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਅੱਗੇ ਗੁਹਾਰ ਲਗਾਈ ਹੈ ਤਾਂ ਕਿ ਸਿੱਖਾਂ ਨੂੰ ਵੀ, ਖਾਸ ਕਰਕੇ ਘੱਟ ਗਿਣਤੀ ਦੀਆਂ ਕੌਮਾਂ ਨੂੰ, ਰਿਜ਼ਰਵੇਸ਼ਨ ਦੇ ਘੇਰੇ ਵਿੱਚ ਲਿਆਂਦਾ ਜਾਵੇ। ਇਸ ਸੰਬੰਧੀ ਜੰਮੂ ਕਸ਼ਮੀਰ ਦੇ ਉੱਘੇ ਸਿੱਖ ਆਗੂ ਸਰਦਾਰ ਜਗਮੋਹਨ ਸਿੰਘ ਰੈਨਾ ਨੇ ਮੁੜ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਹ ਘੱਟ ਗਿਣਤੀ ਵਿੱਚ ਵੱਸਦੇ ਹੋਏ ਕਸ਼ਮੀਰੀ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਕਸ਼ਮੀਰ ਵਿੱਚ ਵੱਸਦੇ ਹੋਏ ਸਿੱਖਾਂ ਨੂੰ ਰਿਜ਼ਰਵੇਸ਼ਨ ਦੇ ਘੇਰੇ ਦੇ ਵਿੱਚ ਲੈ ਕੇ ਆਵੇ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਉਹਨਾਂ ਨੇ ਆਪਣੀ ਗੱਲਬਾਤ ਦੇ ਵਿੱਚ ਕਸ਼ਮੀਰ ਦੇ ਸਿੱਖਾਂ ਦੀ ਗੁਹਾਰ ਜਿਹੜੀ ਹੈ ਉਹ ਕੇਂਦਰ ਸਰਕਾਰ ਤੱਕ ਲਵਾਈ। آپ سے مخاطب ہو رہا ہوں ڈائریکٹلی، میں مائنارٹی کو یہاں پر جموں کشمیر میں آل پارٹی سے کوآرڈینیشن کمیٹی کے تھرو ہیڈ کر رہا ہوں، اور میں یہ کہنا چاہتا ہوں آپ سے کہ صاحب، آپ کسی خطے کی ریپرزنٹیشن تو اسمبلی سیگمنٹ میں دے دی ہے، آپ نے کچھ ایسے اور جیسے شیڈول ٹرائب یا اور مائنارٹیز کو
को आपने उसमें रिजर्वेशन दे दी है, 33% का बिल भी आप वुमेन्स के लिए पास करने जा रहे हैं, वुमेन्स को भी मिल रही है, लेकिन वाई आर यू इग्नोरिंग 6 जम्मू एंड कश्मीर? ये नहीं कि हम अंजना कमीशन जो इसमें आया था, डीलिमिटेशन कमीशन, हम उनसे 2 मिले, हमने उनसे कहा था कि साहब जब किसी खिते के खिते में एक किसी भी सोसाइटी का पूरा एक कॉन्स्टिट्यूंसी ना बनता हो, वो स्कैटर्ड सोसाइटी हो, तो उसको रिजर्वेशन के दायरे में लाया जाता है। तो उन्होंने बड़ा प्रॉमिस किया था कि हम आपको भी इस दायरे में लाएंगे, पर आज जब बिल पास होने जा रहा है उसमें हम देख रहे हैं कि हमारी सिख माइनॉरिटी जो है जम्मू कश्मीर में, उसकी कोई रिजर्वेशन नहीं है, ना तो कोई ऐसी कॉन्स्टिट्यूंसी कार्व्ड आउट की गई है जहां सिख लोग अपनी नुमाइंदगी जो है वो। हुण असीं गल करांगे बंदी सिंघां दे रिहाई संबंधी। बंदी सिंघां दी रिहाई का मुद्दा बड़ा पचीदा मुद्दा बन गया है। सो इस संबंधी श्री अकाल तख्त साहब विखे पिछले दिन ही श्री अकाल तख्त साहब के जथेदार सिंह साहब ज्ञानी रघुवीर सिंह की अगवाई हेठ 5 सिंह साहबान की एक विशेष मीटिंग बुलाई गई, जिस विच ये सर्वसम्मति दे नाल फैसला किया गया कि बंदी सिंघां दी रिहाई दे लई श्रोमणी गुरुद्वारा प्रबंधक कमेटी अपना संघर्ष जिथे होर तेज करे, उत्थे नाल ही उन्होंने पटियाला जेल दे विच नज़रबंद भाई बलवंत सिंह राजोवाणे नूं भी जोरदार अपील की कि वह अपनी भुख हड़ताल तुरंत पंथ के भले के लिए वापस ले लैन। सो इस दे नाल ही सिंह साहब ने यह भी ऐलान किया कि जेकर केंद्र सरकार ने 31 दिसंबर तक बंदी सिंघां दी रिहाई के मामले नूं ना सुलझाया तो समुचा सिख जगत अगला फैसला लैण लई मजबूर होवेगा। सो हुण देखण वाली गल यह है कि सिंह साहबान दे वल्लों की गई अपील का सरदार बलवंत सिंह राजोवाणा ते किन्ना कु असर पैंदा है, ते खास करके बंदी सिंघां दी रिहाई दे मामले नूं लै के केंद्र सरकार सिंह साहब वल्लों की गई अपील का किन्ना कु माण करदी है। सो आओ देखिए किस ढंग दे नाल सिंह साहब ज्ञानी रघुवीर सिंह ने उक्त मामले संबंधी अपने विचारां दी सांझ कीती। नंबर 1 कौम दे जिंदा शहीद भाई बलवंत सिंह जी राजोवाणा अते होर बंदी सिंघां दी रिहाई बारे श्री गुरु नानक देव जी दे 550 साल प्रकाश पुरब शताब्दी मौके देश दे प्रधानमंत्री वल्लों नोटिफिकेशन जारी किया गया सी, जिस नूं लागू करवाउण लई अते इन्हां दी रिहाई लई केंद्र सरकार नाल गलबात करन लई उच्च पद्धरी वफद दा गठन किया है, जो तुरंत ही अपनी कार्रवाई आरंभ करे, जिस विच हेठ लिखे अनुसार मैंबर शामिल किए गए हैं। नंबर 1 सरदार हरजिंदर सिंह प्रधान श्रोमणी गुरुद्वारा प्रबंधक कमेटी श्री अमृतसर। नंबर 2 सरदार हरमीत सिंह कालका प्रधान दिल्ली सिख गुरुद्वारा प्रबंधक कमेटी नवी दिल्ली। नंबर 3 सरदार बरजिंदर सिंह जी हमदर्द। नंबर 4 बीबी कमलदीप कौर राजोवाणा। नंबर 5 सरदार विरसा सिंह बलटोहा। इस कमेटी के कोआर्डीनेटर भी प्रधान श्रोमणी गुरुद्वारा प्रबंधक कमेटी होंगे। जेकर केंद्र सरकार भाई बलवंत सिंह जी राजोवाणा की फांसी की सज़ा 31 दिसंबर 2023 तक रद्द नहीं करती तो भाई बलवंत सिंह जी राजोवाणा दी श्री अकाल तख्त साहब से वार वार पुजियां पत्रकारों के मद्देनज़र श्रोमणी गुरुद्वारा प्रबंधक कमेटी श्री अमृतसर साहिब अपनी पाई हुई अपील पर विचार करे। भाई बलवंत सिंह जी राजोवाणा कौम के जिंदा शहीद हैं, जिन्होंने बहादुरी दृढ़ता सूरबीरता अते निडरता नाल सरकारां वल्लों सिखां नाल कीते जाबर जुल्म अते अत्याचार नूं झलदियां बहुत वड्डी कुरबानी कीती है। कौम नूं इन्हां ते माण है, पूरी सिख कौम इन्हां दी चढ़दी कला लई अरदास करदी है। सो इस दे नाल ही एक खबर अहम उभर के सामने आ रही है कि श्रोमणी गुरद्वारा प्रबंधक कमेटी दे वल्लों बंदी सिंघां दी रिहाई संबंधी जो पहला एक कमेटी बनाई गई सी, उस दे विच्चों उन्हां ने 3 मैंबरां नूं फारग कर दिता है। इसे मुद्दे संबंधी जथेदार बलजीत सिंह दादूवाल ने श्रोमणी गुरुद्वारा प्रबंधक कमेटी के प्रधान एडवोकेट हरजिंदर सिंह धामी को अपना जोरदार निशाना बनाते हुए कहा कि वह किसी एक व्यक्ति विशेष के लिए उक्त कमेटी विचों वख-वख मैंबरां नूं बाहर कढ़ना बहुत ही माड़ा रुझान है। उन्होंने कहा कि बंदी सिंघां दी रिहाई का मसला समुचे पंथ का मसला है, इसलिए समूह मैंबरां का अदब सत्कार बराबर होना चाहिए है। सो आओ देखिए किस ढंग दे नाल जथेदार बलजीत सिंह दादूवाल जी ने अपने विचारां दी सांझ कीती। बतौर प्रधान मैं उहदे ते दस्तखत कीते,
दस्तखत करके आया कि हाँ बंदी सिंह की रिहाई होनी चाहिए है। पर सरदार धामी साहब, मैं अज तुहानू ये सवाल करना चाहना कि तुसी अज डेढ़ साल बाद जी उहदी मीटिंग कीती है श्री अकाल तख्त साहब तो दे हुक्म ते बनाई कमेटी जी, तो तुसी कुछ नुमाइंदियां नू उहदे चों छड्डी दित्ता, और जे प्रेस ने पुछया तो तुसी कहा कि वह नुमाइंदे आप इधर उधर हो गए। मेरी प्रेस नाल गलबात हुई आ अमृतसर साहब कई पत्रकारां नाल, क्योंकि मैं जदों तुहाडी उह वीडियो देखदा जिहड़ी तुसी जारी कीती एस जी पी सी वल्लों, जदों इस मुद्दे ते गल आई तां तुसी इस गल नू कट दित्ता उस वीडियो च। मैं तीन चार चैनलों पर देखी है, क्योंकि तुहाडी श्रोमणी कमेटी वल्लों दित्ती हुई फीड के कारण उत्थे हरेक चैनल दे उत्ते कट लगा होया, उत्थों तुसी कटिंग कीती हुई है। वो गल जदों भी कोई ध्यान नाल सुनूंगा तो तुहाडे वो पता लगता भी तुसी उहदे च बोल रहे हो कि श्री अकाल तख्त साहब के हुक्मनामे ते श्री अकाल तख्त साहब के हुक्म से श्रोमणी कमेटी ने एक 11 मैंबरी कमेटी बनाई सी, पर 11 मैंबरी तो बाद जिहड़ियां गल्लां तुसी कीतियां उह कट के फिर सीधे 8 मैंबरी कमेटी ते आ गई। सरदार धामी साहब जिहड़े नुमाइंदे तुसी बाहर कीते, सरदार सिमरनजीत सिंह मान, सरदार हरमीत सिंह कालका ते दास नूं, तुसी तिन्नां नूं पासे कर दित्ता उहदे विचों अपनी मर्जी दे नाल। मैं तुहानूं पुछणा चाहुंदा कि तुहाडे कोल की अधिकार है कि श्री अकाल तख्त साहब दे हुक्म ते बनाई कमेटी चों तुसीं मनमर्जी दे नाल ही किसी नुमाइंदे नाल कोई संपर्क नहीं कीता। दूसरे पासे तुसीं अपील कर रहे हो कि सारे पंथ नूं असीं नाल लैके चलना। सरदार मान नूं अपील की है कि बतौर पार्टी वह भी ये शमूलीयत करन मार्च दे विच, तुसीं होर पार्टियां नूं भी अपील की है उहदे विच, पत्रकारां ने भी सवाल किए आ तुहानूं, उदों तुसीं जवाब नहीं दे रहे उस गल दे, उहनां दे सवालों टाल रहे हो। सरदार धामी साहब एक पासे एकता दीआं गल्लां ते एक पासे तुसीं आप ही एकता भंग कर रहे हो इस गल ते, तुसीं सानूं इस गल दा जवाब दो कि किहड़ा मैंबर इधर उधर होया। जित्थों तक मैनूं पता है कि सरदार मान साहब ने भी नहीं तुहानूं कहा होना कि तुसीं कमेटी 'च असीं नहीं आउणा, जां सरदार कालका साहब ने भी नहीं कहा होना, ना ही मैं कहा, ना ही तुसीं सद्दा। मैनूं लगता जे मैनूं सद्दा नहीं दित्ता तुसीं उहनां नूं भी सद्दा नहीं दित्ता होना इस मीटिंग दा। श्रोमणी गुरुद्वारा प्रबंधक कमेटी के वलों धन धन श्री गुरु रामदास जी के प्रकाश पुरब को समर्पित आयोजित किए गए बच्चों के वख वख धार्मिक मुकाबलों की लड़ी हेठ पिछले दिन ही अमृतसर विखे पिंगलवाड़ा विच रहने वाले दिव्यांग बच्चों के विशेष तौर पर धार्मिक मुकाबले श्रोमणी गुरुद्वारा प्रबंधक कमेटी के वलों करवाए गए, जिस विच दिव्यांग बच्चों ने बड़े श्रद्धा भावना के नाल अपने अंदर छुपिया हुई कलात्मक ते गुणात्मक रुचियों का प्रगटावा संगतां दे सन्मुख कीता। सो इस मौके ते जेतू रहने वाले विद्यार्थियों नूं सचखंड श्री दरबार साहब दे मैनेजर साहब ने विशेष तौर पर सन्मानित भी किया। उक्त मौके इकत्र हुई शख्सियतों नूं संबोधन करदे हुए कहा कि दिव्यांग बच्चे भी समाज का एक हिस्सा हैं, सो साडा सारिआं दा फर्ज बनता है कि इन्हां अंदर छुपिया हुई कलात्मक ते गुणात्मक कलावां नूं वध तों वध उभारिया जावे। सो आओ देखिए किस ढंग दे नाल उकत धार्मिक मुकाबलियां दे विच जेतू रहण वाले विद्यार्थियों नूं श्रोमणी कमेटी दे अधिकारियों वल्लों सन्मानित किया गया। धन गुरु रामदास जी दे प्रकाश गुरपुरब नूं समर्पित सचखंड श्री हरिमंदर साहब श्री दरबार साहब वल्लों जो वख वख प्रोग्राम अलीके गए सन, उन्हां दे विच गुरमत समागम लगभग अमृतसर शहर दे विच डेढ़ महीना गुरमत समागम होए ने, उस तो अलावा बहुत वड्डा एक नगर कीर्तन सजाया गया, गतके मुकाबले होए ने। इन्हां मुकाबलियां तो अलावा सचखंड श्री हरिमंदर साहब वल्लों एक बच्चियां लई प्रतियोगिता उलीकी गई सी, उहदे विच इस बार स्पैशल दिव्यांग बच्चियां दे लई मुकाबले करवाए गए, जिदे विच कि भगत पूर्ण सिंह जी पिंगलवाड़ा वालों स्कूल वालों अपना पार्टिसिपेट किया गया। उहदे विच जो बच्चियां ने जाके अपनी भूमिका निभाई आ गुरबाणी कंठ मुकाबले ते होर कई प्रतियोगिता दे विच, उह प्रसन्नतायोग सीगे। असी सचखंड श्री हरिमंदर साहब वालों श्री दरबार साहब वालों ये बच्चों नूं पूरे जो इन्हां दा स्टाफ आ उन्हां नूं बधाई दिंदे आ।
क्योंकि इन बच्चों का उत्थे जा के प्रतियोगिता दे विच भाग लेना एक बहुत वड्डी गल आ। जिस तरह संगतां लंगरां दे विच सेवा करदियां ने, गुरद्वारियां च जा के सेवा करदियां ने, होर वख वख जगह ते असीं जा के सेवा करते हाँ। इस तरह जिहड़ा ये बच्चों पढ़ाउणा आ, पालन पोषण करना, ਇਹ ਵੀ ਇੱਕ ਉਸ ਸੇਵਾ ਦਾ ਇੱਕ ਹਿੱਸਾ ਆ। ਸੋ ਪਿਆਰੇ ਦਰਸ਼ਕੋ, ਅਸੀਂ ਹੁਣ ਗੱਲ ਕਰਾਂਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਇੱਕ ਜ਼ੋਰਦਾਰ ਅਪੀਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਕੀਤੀ ਗਈ ਹੈ। ਸੋ ਇਹ ਅਪੀਲ ਉਹਨਾਂ ਨੇ ਇਸ ਕਰਕੇ ਕੀਤੀ ਹੈ ਕਿ ਉਹਨਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਕਮੇਟੀ ਦਾ ਗਠਨ ਕੀਤਾ ਗਿਆ ਹੈ ਉਸ ਵਿੱਚ ਅਕਾਲੀ ਦਲ ਦੇ ਇੱਕ ਪ੍ਰਮੁੱਖ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਸ਼ਾਮਲ ਕੀਤਾ ਗਿਆ ਹੈ। ਸੋ ਦਿੱਲੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਿੰਘ ਸਾਹਿਬ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੂੰ ਉਕਤ ਕਮੇਟੀ ਦੀ ਵਿੱਚੋਂ ਬਾਹਰ ਕੀਤਾ ਜਾਵੇ, ਕਿਉਂਕਿ ਇਸ ਤਰ੍ਹਾਂ ਦੇ ਲੋਕ ਬੰਦੀ ਸਿੰਘਾਂ ਦੇ ਰਿਹਾਈ ਦੇ ਜੋ ਯਤਨ ਕੀਤੇ ਜਾ ਰਹੇ ਹਨ ਉਸ ਦੇ ਵਿੱਚ ਰੁਕਾਵਟ ਮੰਨਦੇ ਹਨ। ਸੋ ਉਹਨਾਂ ਵੱਲੋਂ ਅਪੀਲ ਜਿਸ ਢੰਗ ਨਾਲ ਕੀਤੀ ਗਈ ਹੈ ਉਸਦਾ ਕਿੰਨਾ ਕੁ ਅਸਰ ਹੁੰਦਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਰੂਪ ਵਿੱਚ ਪਤਾ ਲੱਗ ਜਾਵੇਗਾ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਆਪਣੀ ਅਪੀਲ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਔਰ ਬਾਕੀ ਸਿੰਘ ਸਾਹਿਬਾਨ ਨੇ ਜਿਸ ਤਰੀਕੇ ਦੇ ਨਾਲ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਲੜਾਈ ਜਿਹੜੀ ਆ ਉਹਨੂੰ ਅੱਗੇ ਵਧਾਉਂਦੇ ਹੋਏ ਜਿੱਥੇ ਦਿਆਸ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਡਿਊਟੀ ਲਾਈ ਗਈ ਆ ਔਰ ਚਾਰ ਮੈਂਬਰ ਹੋਰ ਉਹਦੇ ਵਿੱਚ ਪਾਏ ਗਏ ਨੇ। ਮੈਂ ਸਿੰਘ ਸਾਹਿਬ ਜੀ ਦਾ ਧੰਨਵਾਦ ਕਰਦਾ ਕਿ ਜਿਹੜੀ ਤੁਸੀਂ ਸਾਡੀ ਡਿਊਟੀ ਲਾਈ ਹੈ ਅਸੀਂ ਆਪਣੀ ਪੂਰੀ ਇਮਾਨਦਾਰੀ ਆਪਣੀ ਪੂਰੀ ਤਨਦੇਹੀ ਦੇ ਨਾਲ ਇਹਨੂੰ ਨਿਭਾਵਾਂਗੇ। ਮਗਰ ਆਪ ਜੀ ਦੇ ਚਰਨਾਂ 'ਚ ਇੱਕ ਸਿੰਘ ਸਾਹਿਬ ਜੀ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਇਹ ਬੰਦੀ ਸਿੰਘਾਂ ਦੀ ਰਿਹਾਈ ਬਹੁਤ ਲੰਬੇ ਸਮੇਂ ਤੋਂ ਰਾਜਨੀਤਿਕ ਲੋਕਾਂ ਦੇ ਹੱਥ 'ਚ ਆ ਕੇ ਇਹ ਤਾਰ ਪੀਟੋ ਹੁੰਦੀ ਆਈ ਹੈ ਔਰ ਅੱਜ ਵੀ ਤੁਸੀਂ ਇਹ ਪੰਜ ਮੈਂਬਰੀ ਕਮੇਟੀ ਦੇ ਨਾਲ ਜਿਸ ਤਰੀਕੇ ਦੇ ਨਾਲ ਸਰਦਾਰ ਵਿਰਸਾ ਸਿੰਘ ਵਲਟੋਏ ਦਾ ਨਾਮ ਪਾਇਆ, ਇਹ ਇੱਕ ਰਾਜਨੀਤਿਕ ਪਾਰਟੀ ਦੇ ਬੁਲਾਰੇ ਹੋਣ ਦੇ ਨਾਂ ਕਾਰਨ ਇਹ ਇੱਕ ਸ਼ੰਕਾ ਦੇ ਵਿੱਚ ਕਮੇਟੀ ਪੈ ਜਾਂਦੀ ਹੈ। ਸੋ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਇਹ ਕ੍ਰੈਡਿਟ ਡਿਸਕ੍ਰੈਡਿਟ ਦੀ ਲੜਾਈਆਂ ਤੋਂ ਪਰੇ ਹਟ ਕੇ ਸਾਨੂੰ ਸਾਰਿਆਂ ਨੂੰ ਇਹਦੀ ਲੜਾਈ ਨੂੰ ਲੜਨਾ ਚਾਹੀਦਾ ਔਰ ਆਪ ਜੀ ਨੇ ਜਿਹੜੀ ਜ਼ਿੰਮੇਵਾਰੀ ਸਾਡੀ ਲਾਈ ਹੈ ਅਸੀਂ ਉਹਨੂੰ ਪੂਰੀ ਇਮਾਨਦਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਮਗਰ ਆਪ ਜੀ ਦੇ ਚਰਨਾਂ 'ਚ ਇੱਕ ਵਾਰ ਫਿਰ ਬੇਨਤੀ ਕਰਾਂਗਾ ਕਿ ਤੁਸੀਂ ਇਹਨਾਂ ਦੇ ਬਾਰੇ ਜ਼ਰੂਰ ਵਿਚਾਰ ਕਰੋ ਤਾਂ ਕਿ ਅਸੀਂ ਆਪਣੇ ਉਹਨਾਂ ਵੀਰਾਂ ਦੀ ਲੜਾਈ ਨੂੰ ਸਿਰੇ 'ਤੇ ਲੜ ਸਕੀਏ ਔਰ ਕੌਮ ਨੂੰ ਇਨਸਾਫ਼ ਦਵਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਹੁਣ ਗੱਲ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਪਿਛਲੇ ਦਿਨੀ ਏਸ਼ੀਅਡ ਖੇਡਾਂ ਦੇ ਵਿੱਚ ਵਰਲਡ ਰਿਕਾਰਡ ਬਣਾਉਣ ਵਾਲੀ ਅਤੇ ਗੋਲਡ ਮੈਡਲ ਜਿੱਤਣ ਵਾਲੀ ਸਿੱਖ ਕੌਮ ਦੀ ਮਹਾਨ ਨਾਇਕ ਬਣੀ ਸਿਫਤ ਕੌਰ ਦੀ, ਜਿਸ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਿਛਲੇ ਦਿਨੀ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਸਿਫਤ ਕੌਰ ਨੂੰ ਜਿੱਥੇ 50,000 ਰੁਪਏ ਦੀ ਨਗਦ ਰਾਸ਼ੀ ਦਾ ਚੈੱਕ ਦਿੱਤਾ ਉੱਥੇ ਨਾਲ ਹੀ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਸਿੱਖ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਹਮੇਸ਼ਾ ਵਚਨਬੱਧ ਹੈ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਵੱਲੋਂ ਉੱਗੀ ਸ਼ੂਟਰ ਖਿਡਾਰੀ ਸਿਫਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਪਿਛਲੇ ਸਮੇਂ ਚਾਈਨਾ ਵਿੱਚ ਹੋਈਆਂ ਏਸ਼ੀਅਨ ਗੇਮਸ ਦੇ ਵਿੱਚੋਂ ਪੰਜਾਬ ਦੀ ਧੀ ਬੀਬਾ ਸਿਫਤ ਕੌਰ ਜੋ ਸ਼ੂਟਿੰਗ ਵਿੱਚ ਆਪਣੇ ਚੰਗੇ ਪ੍ਰਦਰਸ਼ਨ ਨਾਲ ਗੋਲਡ ਅਤੇ ਸਿਲਵਰ ਮੈਡਲ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ। ਇਸ ਸਮੇਂ ਮਾਨਯੋਗ ਪ੍ਰਧਾਨ ਸਾਹਿਬ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਬੱਚੀ ਨੂੰ 50,000 ਰੁਪਈਏ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਬੱਚੀ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਈ ਸੀਗੀ ਅਤੇ ਇਸ ਉਪਰੰਤ ਉਹ ਸਕੱਤਰ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਦੇ ਦਫ਼ਤਰ ਵਿੱਚ ਪਹੁੰਚ ਕੇ ਜਿਹੜਾ ਮਾਨਯੋਗ ਪ੍ਰਧਾਨ ਸਾਹਿਬ ਨੇ ਐਲਾਨ ਕੀਤਾ ਸੀਗਾ ਅਤੇ ਉਸ ਨੂੰ ਉਹ ਸਨਮਾਨ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਸਿੱਖ ਬੱਚੇ ਜੋ ਕਿਸੇ ਵੀ ਫੀਲਡ ਵਿੱਚ ਕੋਈ
उचेचे तौर पर जी उपलब्धि हासिल करते हैं तो श्रोमणी गुरद्वारा प्रबंधक कमेटी हमेशा ही उन्होंने माण सम्मान जरा करने माण महसूस करती है। सो प्यारे दर्शकों, ये सन हुण तक दीआं प्रमुख पंथक सरगर्मियां। नवीआं पंथक सरगर्मियां लैके जल्द ही तुहाडी सेवा विच मुड़ हाजिर होवांगे। तद तक लई दिओ इजाजत। वाहिगुरू जी का खालसा, वाहिगुरू जी की फतेह।